चार पाँच दिन हो गए अभी तक इंक्वायरी नहीं हुआ है, पुलिस को बुला रहे हैं। ਲੁਧਿਆਣਾ ਬੱਸ ਸਟੈਂਡ ਦੀ ਤਸਵੀਰਾਂ, ਇੱਕ ਮੁਸਾਫਰ ਨੂੰ ਕੁੜੀ ਵੀ ਮੌਕੇ ਤੇ ਫੜੀ ਗਈ ਹੈ, ਮੌਕੇ ਤੇ ਫੜੀ ਗਈ ਹੈ ਕੁੜੀ ਦੇ 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 ਕਾਲੂ ਸੁਣੋ, ਪਾਇਲ ਦੇ ਨਾਲ ਰਾਤੀ ਕਾਲੂ ਬਰਗਰ ਭਾਜੀ ਸੌਰਵ, ਠੀਕ ਹੈ, ਇੱਕ ਹੋਰ ਸੀ ਮੁੰਡਾ ਆਟੋ ਵਾਲਾ ਜਿਹਦਾ ਆਟੋ ਸੀਗਾ, ਉਹਦਾ ਮੈਨੂੰ ਨਾਮ ਨੀ ਪਤਾ, ਆਟੋ ਦਾ ਸੀਗਾ। ਕਿੰਨੇ ਪੈਸੇ ਉਹਨਾਂ ਨੇ ਖੋਏ ਆ? ਪੈਸੇ ਵੀ ਭਾਜੀ ਉਹਨਾਂ ਨੇ ਖੋਏ ਤੇ ਬੰਦੇ ਨੂੰ ਵੀ ਇਹ ਲੈ ਗਏ ਸੀ, ਮੈਂ ਖੁਦ ਇੱਥੇ ਹੀ ਖੜਾ। ਅੱਛਾ, ਆਟੋ ਵਾਲੇ ਲੈ ਕੇ ਗਏ ਸੀ? ਆਟੋ ਵਾਲੇ ਨਹੀਂ, ਪੈਦਲ ਲੈ ਗਏ ਸੀ। ਅੱਛਾ, ਇੱਧਰ ਕੰਮ ਲਾਣ ਵਾਸਤੇ, ਕੰਮ ਕਰਨ ਵਾਸਤੇ ਲੈ ਗਈ ਸੀ, ਪਰ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਉਹਦਾ ਕੰਮ ਲਾਣਾ ਜਾਂ ਨਹੀਂ ਲੈਣਾ ਇੱਥੋਂ। ਪਰ ਗੱਲ ਕੰਮ ਦੀ, ਜਿੱਦਾਂ ਭਾਜੀ ਤੈਨੂੰ ਪਤਾ ਸਾਰਾ। ਅੱਛਾ, ਮੇਰੀ ਗੱਲ ਸੁਣ ਲੈ, ਹੁਣ ਦੇਖ ਲਓ ਲੋਕਾਂ ਨੇ, ਦੇਖੋ ਏਡੇ ਲੋਕਾਂ ਨੇ ਫੜਿਆ ਔਰ ਮੁਸਾਫਰ ਦਾ ਸਾਥ ਦਿੱਤਾ ਬੱਸ ਸਟੈਂਡ ਦੇ ਲੋਕਾਂ ਨੇ, ਔਰ ਉਹ ਸੱਚਾਈ ਦੇ ਪਿੱਛੇ ਖੜੇ ਨੇ ਸਾਰੇ, ਲੇਕਿਨ ਸੱਚਾਈ ਉਹਨਾਂ ਨੇ ਪਤਾ ਕਰ ਲਿੱਤੀ ਹੈ। ਇਮਾਨਦਾਰੀ ਨਾਲ ਦੱਸਦੇ ਨਾ ਬੋਲਦੇ ਬਸ। ਮਸਾਈ ਭਾਜੀ ਕਹਿ ਰਹੀ ਹੈ ਉਹਦੇ ਨਾਲ ਸੀਗੇ ਇੱਕ ਬਰਗਰ, ਠੀਕ ਹੈ, ਇੱਕ ਕਾਲੂ ਜਿਹੜਾ ਉਹਦਾ ਬੋਏਫ੍ਰੈਂਡ, ਠੀਕ ਹੈ, ਇੱਕ ਸੌਰਵ ਲੰਬੇ ਵਾਲਾ ਨਾਲ ਆਟੋ ਚਲਾਉਂਦਾ, ਇੱਕ ਆਟੋ, ਇੱਕ ਆਟੋ ਦੇ ਵਿੱਚ ਹੋਰ ਸੀਗਾ, ਉਹ ਮੈਂ ਮੁੰਡਾ ਨਹੀਂ ਦੇਖਿਆ। ਕਿੰਨੀ ਕਿੰਨੀ ਪੇਮੈਂਟ ਕਿੰਨੀ ਸੀ ਉਹਦੀ ਲਗਭਗ? ਨਹੀਂ ਭਾਜੀ ਇਹਨਾਂ ਨੇ ਮੈਨੂੰ, ਤੂੰ ਹਿੱਸਾ ਜਦੋਂ ਦੀ ਹਿੱਸਾ ਮੰਗਿਆ ਸੀ ਤੈਨੂੰ ਹਿੱਸਾ ਦੇ ਗਏ ਕਿ ਨਹੀਂ ਦੇ ਗਏ? ਨਹੀਂ ਨਹੀਂ, ਮੈਂ ਉਹਨਾਂ ਨੂੰ ਕੁਝ ਨਾ, ਮੈਨੂੰ ਪਤਾ ਵੀ ਉਹਨਾਂ ਕੁਝ ਹੋਇਆ। ਇਹ ਲਗਭਗ ਕਿੰਨੇ ਵਜੇ ਦਾ ਵਾਕਿਆ ਸੀ ਸਵੇਰ ਦਾ? ਸਵੇਰ ਦਾ ਨਹੀਂ, ਪਰ ਰਾਤ ਦੀ ਗੱਲ ਹੈ। ਹਨੇਰਾ ਸੀਗਾ, ਹਨੇਰਾ ਸੀ, ਇੱਦਾਂ ਦੀ ਇੱਕ ਮਿੰਟ, ਲੁੱਟ ਦੀਆਂ ਵਾਰਦਾਤਾਂ ਕਿੰਨੀਆਂ ਕਰਦੇ ਹੋ? ਇੱਦਾਂ ਦੀਆਂ ਲੁੱਟ ਦੀਆਂ ਵਾਰਦਾਤਾਂ ਕਿੰਨੀਆਂ ਕਰਦੇ ਨੇ ਉਹ? ਭਾਜੀ ਉਹ ਤਾਂ ਭਾਜੀ ਡੇਲੀ ਕਰਦੇ ਆ। ਭਾਈ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਮੈਂ 2-2.5 ਸਾਲ ਬਾਅਦ ਬਾਹਰੋਂ ਆਇਆ ਵਾਂ ਕੈਨੇਡਾ ਤੋਂ, ਮੈਂ ਬ੍ਰੈਂਪਟਨ ਰਹਿਣਾ ਵਾਂ, ਤੇ ਮੈਨੂੰ ਪਹਿਲਾਂ ਜੋ ਸੀਗਾ ਇੱਥੇ ਉਹ ਕੁਛ ਮਤਲਬ ਰਿਹਾ ਨਹੀਂ ਹੈਗਾ ਹਜੇ। ਕਿ ਮੈਨੂੰ ਇੱਕ ਵਾਰੀ ਪਹਿਲਾਂ ਵੀ ਵੀਡੀਓ ਆਈ ਸੀਗੀ ਕਿ ਮਤਲਬ ਕਿ ਆਹ ਜਿਹੜਾ ਪਾਰਕ ਆਪਣਾ ਇੱਥੇ, ਕਿ ਇੱਥੇ ਕੁੜੀਆਂ ਲੈ ਜਾਂਦੀਆਂ ਨੇ, ਉਹ ਤੋਂ ਬਾਅਦ ਲੁੱਟ ਲੱਟ ਕੇ ਮੁੰਡਿਆਂ ਨੂੰ ਛੱਡ ਦਿੰਦੇ ਨੇ ਬਾਹਰ, ਹਨਾ, ਕਿ ਮਤਲਬ ਕਿ ਲੁੱਟ ਲੱਟ ਕੇ ਛੱਡ ਦਿੰਦੇ ਨੇ। ਮੈਂ ਤੁਹਾਨੂੰ ਭਾਜੀ ਨੂੰ ਮੈਂ ਇਹੀ ਕਹਿ ਰਿਹਾ ਕਿ ਜਦ ਹੁਣ ਭਾਜੀ ਇੱਥੇ ਬੈਠੇ ਸੀਗੇ, ਹਨਾ, ਭਾਜੀ ਕਹਿ ਰਹੇ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਉੱਥੇ ਆਟੋ ਮਿਲਦਾ, ਇੱਥੇ ਆਟੋ ਮਿਲਦਾ, ਐਂ ਮਿਲਦਾ, ਉਹ ਮਿਲਦਾ, ਹਨਾ। ਪਰ ਹੁਣ ਤੁਸੀਂ ਆਹ ਦੇਖੋ ਭਾਜੀ, ਜੇ ਤੁਹਾਨੂੰ ਕੋਈ ਕਵੇ ਕਿ ਭਾਜੀ ਆ ਜਾਓ ਮੇਰੇ ਨਾਲ, ਜਾਂ ਦੂਜਾ ਬੰਦਾ ਤੁਹਾਨੂੰ ਕੋਈ ਕਹਿ ਰਿਹਾ ਵਾ ਕਿ ਮੇਰੇ ਨਾਲ ਆ ਜਾਓ, ਹੁਣ ਤੁਸੀਂ ਤਾਂ ਮੰਨੋਗੇ? ਅੱਜ ਕੱਲ੍ਹ ਦੇ ਭਾਈ, ਅੱਜ ਕੱਲ੍ਹ ਦੀ ਦੁਨੀਆ 'ਚ ਕੋਈ ਬਚ ਕੇ ਭਾਜੀ, ਅੱਜ ਕੱਲ੍ਹ ਦੀ ਦੁਨੀਆ 'ਚ ਕਿਸੇ 'ਤੇ ਵਿਸ਼ਵਾਸ ਨਾ ਕਰੋ ਭਾਜੀ, ਭਰਾ ਛੱਡੋ ਭਾਜੀ, ਮੈਂ ਕਹਿੰਦਾ ਚਾਚੇ ਤਾਏ, ਕਿਸੇ 'ਤੇ ਵਿਸ਼ਵਾਸ ਨਾ, ਕਿਸੇ 'ਤੇ ਵੀ ਵਿਸ਼ਵਾਸ ਨਾ ਕਰੋ ਭਾਈ। ਜਿਵੇਂ ਕਹਿ ਰਹੇ ਕਿ ਮੈਨੂੰ ਕਹਿੰਦਾ ਕਿ ਆਟੋ ਉੱਥੇ ਮਿਲਦਾ, ਚਲੋ ਜੀ ਚਲੋ, ਹੁਣ ਇਹ ਚਲੇ ਗਏ, ਆਪਾਂ ਚਲੇ ਗਏ, ਹਨਾ, ਕੱਲ੍ਹ ਨੂੰ ਉੱਥੇ ਲੁੱਟ ਕੇ ਛੱਡ ਗਏ, ਹੁਣ ਇਹ ਬੈਠਿਆ ਜੀ ਐਂ ਲੈ ਕੇ ਉਹ ਲੈ ਗਏ। ਮੇਰਾ ਨਾਮ ਹਰਿਦੱਤ ਕਲੋਨੀ ਹੈ ਸਰ। ਬਾਤ ਕੁਛ ਨਹੀਂ ਹੁਆ ਸਰ, ਉਧਰ ਹੋਟਲ ਮੈਂ ਜੋਬ ਕਰਦਾ ਥਾ, ਮੈਂ ਪੰਡਿਤ ਵੀ ਹੂੰ, ਪੂਜਾ ਪਾਠ ਵੀ ਕਰਤਾ ਹੂੰ। ਉਧਰ ਆਇਆ ਥਾ ਮੈਂ ਸ਼ਾਮ ਕਾ ਟਾਈਮ ਮੈਂ, ਹੁਸ਼ਿਆਰਪੁਰ ਸੇ ਜਲੰਧਰ ਸੇ ਹੋ ਕੇ ਇਧਰ ਆਇਆ ਥਾ, ਇਧਰ ਕਾਂ ਬੈਠਨੇ ਕੀ ਜਗ੍ਹਾ ਨਹੀਂ ਥਾ, ਉਧਰ ਧਰਮਸ਼ਾਲਾ ਮੈਂ ਚਲੇ ਗਿਆ ਥਾ, ਧਰਮਸ਼ਾਲਾ ਮੈਂ ਵੀ ਬੋਲਾ ਕਿ ਇਧਰ ਨਹੀਂ ਹੈ, ਰੇਲਵੇ ਸਟੇਸ਼ਨ ਚਲੇ ਜਾਓ, ਰੇਲਵੇ ਸਟੇਸ਼ਨ ਮੈਂ ਗਿਆ ਥਾ, ਰੇਲਵੇ ਸਟੇਸ਼ਨ ਸੇ ਫਿਰ ਰਾਤ ਭਰ ਉਧਰ ਰਹਾ, ਸੂਬੇ ਕਾ ਟਾਈਮ ਮੈਂ ਇਧਰ ਆਇਆ, ਇਧਰ ਆ ਕੇ ਇਧਰ ਖੜਾ ਥਾ, ਉਸਕੇ ਬਾਅਦ ਇਹ ਉਸੀ ਟਾਈਮ ਦੁਕਾਨ ਖੋਲ ਰਹੇ ਥੇ। ਪਕੜ ਵੀ ਲਈ ਥੀ ਔਰ ਮਾਨ ਵੀ ਗਈ ਥੀ, ਤੋਪ ਕਿਧਰ ਬਾਕੀ?
लड़की पता नहीं अभी कहाँ चली गई, इधर से कहाँ गई थी, दो तीन बार में मेरी नज़र में आ गया, फिर भी इधर बैठा था मैं, जबरदस्ती मेरे को हाथ पकड़ के, भैया इधर से ऑटो मिलती है, इधर से ये करते हैं, उधर से वो करते हैं, बोल के ले गया सारे लड़का इकट्ठा करके, हाथ पैर दोनों साइड पकड़ के, इधर भी चप्पल मारा है। आप इधर से मानेंगे, इधर से मैं गुरुद्वारा में गया सर, उसके बाद सुने नहीं है। ਸਰ ਇੱਕ ਮਾਮਲਾ ਸਾਹਮਣੇ ਆਇਆ, ਇੱਕ ਮੁਸਾਫਰ ਦੇ ਕੋਲੋਂ ਕੋਈ ਪੈਸੇ ਦੀ ਲੁੱਟ ਮਾਰ ਹੋਈ ਹੈ, ਔਰ ਜਿਹੜਾ ਮੁਸਾਫਰ ਸੀ ਉਹਨੇ ਕੁੜੀ ਵੀ ਪਹਿਚਾਣ ਲਈ ਹੈ ਮੌਕੇ 'ਤੇ, ਲੋਕਾਂ ਨੇ ਕੁੜੀ ਵੀ ਫੜ ਲਈ ਹੈ, ਸਰ ਕੀ ਮਾਮਲਾ ਕੀ ਸੀ ਉਹ? ਮੈਨੂੰ ਤੁਹਾਡੇ ਰਾਹੀਂ ਹੁਣੀ ਪਤਾ ਲੱਗਿਆ, ਮੈਂ ਤਾਂ ਹੁਣੀ ਆਇਆ ਸੀਗਾ ਡਿਊਟੀ 'ਤੇ, ਅਤੇ ਆਪਾਂ ਪਤਾ ਕਰ ਲੈਂਦੇ ਲੜਕੀ ਨੂੰ ਪੁੱਛਗਿੱਛ ਕਰਕੇ, ਜਿਹੜੀ ਬਣਦੀ ਕਾਰਵਾਈ ਕਰ ਦਿੰਦੇ ਹਾਂ। ਅਤੇ ਅਗਰ ਸਰ ਮਾਮਲਾ ਜੇ ਸੱਚਾਈ ਹੁੰਦੀ ਤਾਂ ਕੋਈ ਬਣਦੀ ਕਾਰਵਾਈ ਦਿੱਤੀ ਹੋਵੇ? ਬਿਲਕੁਲ ਜੀ ਬਿਲਕੁਲ, ਜਨੂੰਨੀ ਕਾਰਵਾਈ ਹੋਊਗੀ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ। ਸਰ ਇਹ ਬੱਸ ਸਟੈਂਡ ਦੇ ਵਿੱਚ 12 ਕੁੜੀਆਂ ਬਹੁਤ ਘੁੰਮਦੀਆਂ ਨੇ, ਇਹਨਾਂ ਦਾ ਪ੍ਰਬੰਧ ਕਿੱਦਾਂ ਕੀਤਾ ਜਾਊਗਾ? ਅੱਗੇ ਵੀ ਇਹਨਾਂ ਦੇ ਪਰਚੇ ਦਿੱਤੇ, ਮੈਂ ਬਹੁਤ 14-15 ਅੰਦਰ ਭੇਜੇ ਹਾਂ, ਅਤੇ ਬਾਕੀਆਂ ਵੀ ਜਿਹੜੀਆਂ ਰਹਿੰਦੀਆਂ ਹੁੰਦੀਆਂ ਆਪਾਂ ਬਣਦੀ ਕਾਰਵਾਈ ਕਰਕੇ ਇਹਨੂੰ ਅੰਦਰ ਦੇ ਦਿਆਂਗੇ। ਸਰ ਇਹ ਬੱਸ ਸਟੈਂਡ ਜੋ ਚੌਂਕੀ ਹੈ, ਚੌਂਕੀ ਕੋਈ ਕੋਚਰ ਮਾਰਕੀਟ ਚੌਂਕੀ ਦਾ ਏਰੀਆ ਹੈ? ਏਰੀਆ ਕੋਚਰ ਮਾਰਕੀਟ ਦਾ। ਕੋਚਰ ਮਾਰਕੀਟ ਦਾ। ਸਰ ਕੀ ਨਾਮ ਹੈ ਕੀ ਤੁਹਾਡਾ? ਐਸ ਆਈ ਜਸਪਾਲ ਸਿੰਘ। ਠੀਕ ਹੈ ਸਰ, ਉਹ ਲੋਕਾਂ ਨੇ ਕੁੜੀ ਫੜ ਲਈ ਹੈ, ਅਤੇ ਤੁਹਾਡੇ ਵੱਲੇ ਉਹ ਕਰਤੀ ਕੁੜੀ ਕਿ ਨਹੀਂ ਕੀਤੀ ਅਜੇ? ਨਹੀਂ, ਮੈਂ ਤਾਂ ਹੁਣੇ, ਮੈਨੂੰ ਤੁਹਾਡੇ ਮੀਡੀਆ ਜ਼ਰੀਏ ਪਤਾ ਲੱਗਾ ਹੈ, ਤਾਂ ਮੈਂ ਪਤਾ ਕਰ ਲੈਂਦਾ, ਹੁਣੇ ਮੌਕੇ 'ਤੇ ਆ ਗਿਆ ਮੈਂ ਇੱਥੇ ਹੀ ਹਾਂ। ਠੀਕ ਹੈ।